ਯਾ ਵਾਸੀਓ ਸਾਡੇ ਫਾਜ਼ਿਲਕਾ ਅਬੋਹਰ ਮੁਖਸਰ ਬਠਿੰਡਾ ਮਾਨਸਾ ਇਸ ਬੈਲਟ ਦੇ ਕਿਸਾਨ ਵੀਰਾਂ ਦਾ ਲਗਾਤਾਰ ਕਈ ਸਾਲਾਂ ਤੋਂ ਨਰਮੇ ਦਾ ਲਾਲ ਸੁੰਢੀ ਤੇ ਚਿੱਟੀ ਮੱਕੀ ਨਾਲ ਨੁਕਸਾਨ ਹੁੰਦਾ ਆਇਆ ਐ ਇਸ ਵਾਰੀ ਗਰਮੀਆਂ ਵਿੱਚ ਸਰਕਾਰ ਨੇ ਨਹਿਰਾਂ ਦਾ ਪਾਣੀ ਬੰਦ ਕਰ ਦਿੱਤਾ ਜਿਸ ਨਾਲ ਫਾਜ਼ਿਲਕਾ ਇਲਾਕੇ ਵਿੱਚ ਕਿੰਨੋਂ ਦੇ ਬਾਗ ਸੁੱਕ ਗਏ ਔਰ ਨਰਮੇ ਦੀ ਫਸਲ ਪਹਿਲਾਂ ਹੀ ਜਿਹੜਾ ਲਾਲ ਸੁੰਢੀ ਤੇ ਚਿੱਟੀ ਮੱਖੀ ਹੈ ਉਹਦੇ ਨਾਲ ਖਤਮ ਹੋ ਚੁੱਕੀ ਹੈ ਇਸੇ ਤਰ੍ਹਾਂ ਅ ਪਿਛਲੇ ਸਾਲ ਦੀ ਜਿਹੜੀ ਕਣਕ ਦੀ ਫਸਲ ਸੀ ਉਹਦਾ ਵੀ ਉਹਦਾ ਜਿਹੜਾ ਨੁਕਸਾਨ ਹੋਇਆ ਉਹਦਾ ਵੀ ਮੁਆਵਜ਼ਾ ਹਲੇ ਤੱਕ ਸਰਕਾਰ ਨੇ ਨਹੀਂ ਦਿੱਤਾ ਸਰਕਾਰ ਇਸ ਤਰ੍ਹਾਂ ਚੱਲ ਰਹੀ ਹੈ ਜਿਵੇਂ ਕਿਸਾਨਾਂ ਦਾ ਕੋਈ ਵਾਰੀ ਵਾਰ ਸੁਣੇ ਹੁੰਦਾ ਦੁਖੀ ਹੋ ਕੇ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਨੇ ਅ ਅਬੋਹਰ ਗੰਗਾ ਨਗਰ ਸੜਕ ਨੂੰ ਗੰਗਾ ਨਗਰ ਦੇ ਬਾਰਡਰ ਉੱਤੇ ਬਲੌਕ ਕਰ ਦਿੱਤਾ ਟ੍ਰੈਫਿਕ ਮੈਂ ਸਰਕਾਰ ਨੂੰ ਕਹਿਣਾ ਚਾਹੁੰਨਾ ਵੀ ਇੱਕ ਤਾਂ ਜਿਹੜਾ ਪਿਛਲੇ ਸਾਲ ਦਾ ਕਣਕ ਦਾ ਮੁਆਵਜ਼ਾ ਹੈ ਉਹ ਤੁਰੰਤ ਕਿਸਾਨਾਂ ਨੂੰ ਅਦਾ ਕੀਤਾ ਜਾਏ ਤੇ ਸਰਕਾਰ ਦੀ ਗਲਤੀ ਨਾਲ ਪਾਣੀ ਬੰਦ ਹੋਣ ਕਰ ਨਾਲ ਜਿਹੜੇ ਬਾਗ ਸੁੱਕ ਗਏ ਉਹਦਾ ਮੁਆਵਜ਼ਾ ਦੇਣ ਲਈ ਸਪੈਸ਼ਲ ਗਰਦਾਰੀ ਤੁਰੰਤ ਕਰਾਈ ਜਾਏ ਇਸੇ ਤਰ੍ਹਾਂ ਨਰਮੇ ਦੇ ਖਰਾਬੇ ਦੀ ਤੁਰੰਤ ਗਰਦਾਰੀ ਕੀਤੀ ਜਾਏ ਜਿੰਨੀਆਂ ਫਸਲਾਂ ਦਾ ਨੁਕਸਾਨ ਹੋਇਆ ਉਹ ਸਾਰੀਆਂ ਫਸਲਾਂ ਦੇ ਮੁਆਵਜ਼ੇ ਵਾਸਤੇ ਤੁਰੰਤ ਗਰਦਾਰੀ ਕਰਾਵੇ ਜੇ ਨਹੀਂ ਤਾਂ ਇਹ ਦਰਨਾ ਜਾਰੀ ਰਹੇਗਾ ਔਰ ਜੇ ਸਰਕਾਰ ਨੇ ਕੋਈ ਕਿਸਾਨਾਂ ਨਾਲ ਕੋਈ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਪੰਜਾਬ ਦੇ ਵਿੱਚੋਂ ਜਥੇ-ਉਥੇ ਭੇਜੇ ਜਾਣਗੇ ਮੈਂ ਅਜ਼ੀਲਕਾ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਨਾ ਤਕੜੇ ਰਹੋ ਸਾਰੇ ਪੰਜਾਬ ਦੇ ਕਿਸਾਨ ਤੁਹਾਡੇ ਨਾਲ ਨੇ ਸਾਨੂੰ ਬਹੁਤ ਕਸ਼ਟ ਆ ਤੁਹਾਡੇ ਏਡੇ ਵੱਡੇ ਨੁਕਸਾਨ ਦਾ ਔਰ ਸਰਕਾਰ ਦੇ ਕੰਮ ਟਾਂਗ ਦੇ ਉੱਤੇ ਵੀ ਸਾਨੂੰ ਬਹੁਤ ਸਖਤ ਇਤਰਾਜ਼ ਹੈ ਤਕੜੇ ਹੋ ਕੇ ਲੜਾਈ ਲੜੋ ਇਹ ਜਿੰਨੀ ਦੇਰ ਤੱਕ ਸਰਕਾਰ ਸਪੈਸ਼ਲ ਗਰਦੌਰੀ ਕਰਕੇ ਮੁਆਵਜ਼ਾ ਦੇਣ ਦਾ ਵਿਸ਼ਵਾਸ ਨਹੀਂ ਦਵਾਉਂਦੀ ਔਰ ਮੁਆਵਜ਼ਾ ਨਹੀਂ ਦਿੰਦੇ ਕਣਕ ਦਾ ਮੁਆਵਜ਼ਾ ਤੁਰੰਤ ਅਦਾ ਨਹੀਂ ਕਰਦੇ ਉਦੋਂ ਤੱਕ ਤਰਨਾ ਜਾਰੀ ਰੱਖੋ ਤੇ ਜੇ ਲੋੜ ਪਈ ਤਾਂ ਬਾਹਰਲੇ ਜ਼ਿਲ੍ਹਿਆਂ ਵਿੱਚੋਂ ਵੀ ਤੁਹਾਡੇ ਕੋਲ ਫੋਰਸ ਭੇਜਾਂਗੇ ਮੈਂ ਉਮੀਦ ਕਰਦਾ ਮੇਰੀ ਮੇਰੇ ਸਨੇਹੇ ਨੂੰ ਸਰਕਾਰ ਚੰਗੀ ਤਰ੍ਹਾਂ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਕਰੇਗੀ ਕਿਸਾਨਾਂ ਨੂੰ ਦਬਾਇਆ ਨਹੀਂ ਜਾ ਸਕਦਾ ਜੇ ਮੁੱਖ ਮੰਤਰੀ ਵੀ ਉੱਥੇ ਜਾ ਕੇ ਦੌਰੇ 'ਚ ਲੋਕਾਂ ਦੀ ਗੱਲ ਨਹੀਂ ਸੁਣਦਾ ਤਾਂ ਕੌਣ ਸੁਨੇਗਾ ਇਸ ਲਈ ਮੇਰੀ ਅਪੀਲ ਹੈ ਇਹ ਸਰਕਾਰ ਆਪਣੇ ਵਣਦੀ ਜ਼ਿੰਮੇਵਾਰੀ ਨਿਭਾਵੇ ਔਰ ਤੁਸੀਂ ਕੁਝ ਨਹੀਂ ਦੇਣਾ ਸਾਰਾ ਕੁਝ ਜੋ ਦੇਣਾ ਨੇਚਰਲ ਕੈਲਮਿਟੀਜ਼ ਫੰਡ ਕੇਂਦਰ ਸਰਕਾਰ ਦਾ ਹੁੰਦਾ ਉਹਦੇ ਵਿੱਚੋਂ ਦੇਣਾ ਜੇ ਇੰਨੀ ਨਾ ਅਹਲ ਸਰਕਾਰ ਹੈ ਜਿਹੜੀ ਕੇਂਦਰ ਦੇ ਆਏ ਪੈਸੇ ਵੀ ਮੁਆਵਜ਼ੇ ਵਿੱਚ ਜੋ ਕਿਸਾਨਾਂ ਨੂੰ ਨਹੀਂ ਦੇ ਸਕਦੀ ਉਹਦੇ ਕੋਲੋਂ ਕੀ ਕੀ ਉਮੀਦ ਕਰੋਗੇ ਇਸ ਕਰਕੇ ਮੈਂ ਫਾਜ਼ਿਲਕਾ ਦੇ ਭਰਾਵਾਂ ਨੂੰ ਵਿਸ਼ਵਾਸ ਦਉਂਦਾ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਹਾਂ ਲੋੜ ਪਈ ਸਾਨੂੰ ਇੱਕ ਵਾਰੀ ਫੋਨ ਲਾਇਓ ਅਸੀਂ ਤੁਰੰਤ ਧਰੂ ਚਾਲੇ ਪਾ ਦੇਾਂਗੇ